ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ 'ਚ ਮੌਕ ਡਰਿਲ ਦਾ ਪ੍ਰਬੰਧ ਕਰਵਾਇਆ ਗਿਆ। ਇਸ ਦੌਰਾਨ ਆਰਜ਼ੀ ਤੌਰ 'ਤੇ ਅਮੋਨੀਆ ਗੈਸ ਲੀਕ ਹੋਣ ਦਾ ਨਾਟਕ ਵਿਖਾਇਆ ਗਿਆ ਅਤੇ ਬਚਾਅ ਕਾਰਜ ਦੱਸੇ ਗਏ। ਇਸ ਮੌਕੇ ਪੰਜਾਬ ਪੁਲਿਸ, NDRF ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਵਿੱਚ ਖਾਸ ਤੌਰ 'ਤੇ ਅੱਗ ਬੁਝਾਓ ਅਮਲਾ, ਐਂਬੂਲੈਂਸ ਅਤੇ ਡਾਕਟਰਾਂ ਦੀ ਮਾਹਿਰਾਂ ਦੀ ਟੀਮ ਵੀ ਸ਼ਾਮਲ ਹੋਈ। ਮੌਕਟੇਲ 'ਚ ਅਮੋਨੀਆ ਗੈਸ ਲੀਕ ਹੋਣ ਬਾਰੇ ਅਤੇ ਇਸ ਮੌਕੇ ਕਿਵੇਂ ਬਚਾਅ ਕੀਤਾ ਜਾਵੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਪੂਰੇ ਆਪਰੇਸ਼ਨ ਦੇ ਇੰਚਾਰਜ ਅਤੇ NDRF ਦੇ ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 135 ਲੋਕਾਂ ਦੀ ਮੌਕ ਡਰਿਲ ਦੌਰਾਨ ਜਾਨ ਬਚਾਈ ਗਈ ਹੈ। ਇਹਦੇ ਵਿੱਚ ਅਸੀਂ ਕੈਮੀਕਲ ਡਿਜ਼ਾਸਟਰ ਨੂੰ ਹਾਈਲਾਈਟ ਕੀਤਾ ਹੈਗਾ। ਇਹਦੇ 3 ਸਟੈਪ ਸੀ। ਪਹਿਲੇ ਅਸੀਂ ਕੋਆਰਡੀਨੇਸ਼ਨ ਮੀਟਿੰਗ ਕੀਤੀ ਹੈ, ਉਸ ਤੋਂ ਬਾਅਦ ਟੇਬਲ ਟਾਕ ਸਾਰੇ ਡਿਪਾਰਟਮੈਂਟਸ ਨਾਲ ਕੀਤੀ ਹੈ ਕਿ ਅੱਜ ਅਸੀਂ ਮੌਕੇ 'ਤੇ ਵੇਰਕਾ ਮਿਲਕ ਪਲਾਂਟ 'ਚ ਅਮੋਨੀਆ ਲੀਕੇਜ ਦੀ ਮੌਕ ਡਰਿਲ ਕਰਾਈਏ। ਇਹਦੇ 'ਚ ਅਸੀਂ ਸਾਰੇ ਇੰਪੋਰਟੈਂਟ ਡਿਪਾਰਟਮੈਂਟਸ ਜਿਵੇਂ ਕਿ ਮੈਡੀਕਲ ਡਿਪਾਰਟਮੈਂਟ, ਫਾਇਰ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ, NDRF, SDRF ਔਰ ਜਿੰਨੇ ਹੋਰ ਜਿੰਨੇ ਡਿਪਾਰਟਮੈਂਟਸ ਹੈਗੇ ਉਹਨਾਂ ਦੀ ਇਨਵੋਲਵਮੈਂਟ ਨਾਲ ਸਾਰਾ ਇਹ ਰੈਸਕਿਊ ਆਪਰੇਸ਼ਨ ਸਕਸੈਸਫੁਲ ਕੀਤਾ ਹੈਗਾ। ਅਬਾਊਟ 135 ਵਿਕਟਮ ਸੀ, ਜਿਹਨਾਂ 'ਚ ਹੁਣ 3 ਕੈਜੂਅਲਟੀਜ਼ ਮੈਡੀਕਲ ਆਫਿਸਰ ਨੇ ਰਿਪੋਰਟ ਕੀਤੀ ਹੈਗੀਆਂ। ਉਹਦੇ 'ਚ 22 ਇੰਜਰਡ, 53 'ਚੋਂ 22 ਅਸੀਂ ਹੋਸਪਿਟਲ 'ਚ ਭੇਜਦੇ ਹੈ ਅਤੇ ਬਾਕੀ 52 ਸਾਰੇ ਹੈਲਦੀ ਹੈਗੇ ਐਂਡ ਇਟ ਹੈਜ਼ ਬੀਨ ਅ ਸਕਸੈਸਫੁਲ ਆਪਰੇਸ਼ਨ। ਕਿੰਨੇ ਕੁ ਡਿਪਾਰਟਮੈਂਟ ਹੁੰਦੇ ਵਿੱਚ ਅੱਜ ਕਿੱਥੇ ਗਏ ਸੀ? ਅਬਾਊਟ 20 ਡਿਪਾਰਟਮੈਂਟਸ ਹੈ ਵੀ ਨੇ। ਕੀ ਇਹਦੇ 'ਚ ਹਦਾਇਤ ਦਿੱਤੀ ਗਈ ਸੀ ਜਿਵੇਂ ਸੜਕਾਂ ਜਿਵੇਂ ਖਾਲੀ ਕਰਾ ਦਿੱਤੀਆਂ ਜਾਂਦੀਆਂ? ਅਸੀਂ ਟ੍ਰੈਫਿਕ ਡਿਪਾਰਟਮੈਂਟ ਨੂੰ ਕਿਹਾ ਸੀ ਕਿ ਗ੍ਰੀਨ ਕੋਰੀਡੋਰ ਜਾਂ ਐਂਬੂਲੈਂਸ ਨੇ ਆਪਣੀ ਇਨੀਸ਼ੀਅਲ ਜਿੱਥੇ ਉਹਨਾਂ ਦਾ ਪੋਸਟ ਸੀ ਉੱਥੋਂ ਉਹ ਸਟਾਰਟ ਹੋਏ ਹੈ, ਜਾਂ ਫਿਰ ਫਾਇਰ ਬ੍ਰਿਗੇਡ ਹੈ, ਦੇ ਹੈਡ ਟੂ ਪ੍ਰੋਵਾਈਡ ਅ ਗ੍ਰੀਨ ਕੋਰੀਡੋਰ ਐਂਡ ਦੇ ਹੈਡ ਟੂ ਇਨਸ਼ੋਰ ਕਿ ਕਿਉਂਕਿ ਇਹ ਨੈਸ਼ਨਲ ਹਾਈਵੇ 'ਤੇ ਅਸੀਂ ਸਥਿਤ ਕਰ ਰਹੇ ਸੀ ਅਤੇ ਦੇ ਸ਼ੁੱਡ ਨੋਟ ਬੀ ਐਨੀ ਪੈਨਿਕ। ਪੁਲਿਸ ਨੂੰ ਹਦਾਇਤਾਂ ਸੀ ਕਿ ਉਹ ਕੋਈ ਵੀ ਪੈਨਿਕ ਨਾ ਕ੍ਰੀਏਟ ਹੋਣ ਦੇਣ ਪਬਲਿਕ 'ਚ ਅਤੇ ਇਮੀਡੀਏਟਲੀ ਪਬਲਿਕ ਨੂੰ ਰੋਕਣ ਦੇ ਦੌਰਾਨ ਤੋਂ ਕਿਉਂਕਿ ਅਮੋਨੀਆ ਦੀ ਲੀਕੇਜ ਹੈਗੀ ਹੈ ਐਂਡ ਦੇਰ ਮੇ ਬੀ ਐਨੀ ਕੈਜੂਅਲਟੀਜ਼। ਸਮੇਂ ਦਾ ਵੀ ਧਿਆਨ ਰੱਖਿਆ ਗਿਆ ਸੀ ਕਿ ਕਿੰਨੇ ਕੁ ਸਮੇਂ 'ਚ ਟੀਮਾਂ ਪਹੁੰਚ ਸਕਦੀਆਂ? ਹਾਂਜੀ, ਇਸ ਸਮੇਂ ਦਾ ਧਿਆਨ ਉਹਨਾਂ ਨੂੰ ਅਸੀਂ ਟਾਈਮ ਨਹੀਂ ਦੱਸਿਆ ਸੀ, ਇੱਕਦਮ ਫੋਨ ਕੀਤੇ ਹੈਗੇ ਆ ਸਾਰਿਆਂ ਨੂੰ ਤਾਂ ਕਿ ਉਹ ਇਮੀਡੀਏਟਲੀ ਰਿਸਪੋਂਡ ਕਰਨ। ਜੇ ਫਾਈਨੈਂਸ਼ਲੀ ਵੀ ਕੋਈ ਫਾਈਨਾਂਸ ਦਾ ਵੀ ਸਿਸਟਮ ਬਣਾਇਆ ਗਿਆ ਸੀ ਤੇ ਜਿਵੇਂ ਫਾਈਨੈਂਸ਼ਲੀ ਟੀਮਾਂ ਜਿਵੇਂ ਫਾਈਨੈਂਸ ਦੀ ਟੀਮਾਂ ਇੱਦਾਂ ਹੈਗੀਆਂ ਕਿ ਕੋਈ ਵੀ ਇਸ ਮੌਕੇ 'ਤੇ ਸਾਨੂੰ ਚੀਜ਼ ਪ੍ਰੋਕਿਓਰ ਕਰਨ ਦੀ ਲੋੜ ਸੀ ਕਿਉਂਕਿ ਇਹ ਕੈਮੀਕਲ ਡਿਜ਼ਾਸਟਰ ਸੀ। ਜੇ ਕੋਈ ਹੋਰ ਡਿਜ਼ਾਸਟਰ ਹੁੰਦਾ ਹੈਗਾ ਤਾਂ ਸਾਨੂੰ ਇਕੁਇਪਮੈਂਟ ਜਿਵੇਂ ਕਿ JCB ਵਗੈਰਾ ਕੋਈ ਬਿਲਡਿੰਗ ਦਿਖਦੀ ਹੈਗੀ ਉਹਦੀ ਲੋੜ ਸੀ, ਪਰ ਇਸ 'ਚ ਇੰਨੀ ਸਾਨੂੰ ਇਕੁਇਪਮੈਂਟ ਦੀ ਲੋੜ ਨਹੀਂ ਪਈ। ਸਿਰਫ ਜਿਹੜੀ ਹੈਗੀ ਹੈ NDRF ਕੋਲ ਆਲਰੇਡੀ ਕੈਮੀਕਲ ਡਿਜ਼ਾਸਟਰ ਨੂੰ ਰਿਸਪੋਂਡ ਕਰਨ ਦੀ ਇਕੁਇਪਮੈਂਟ। ਮੈਂ ਓਵਰਆਲ ਇਸ ਮੌਕ ਡਰਿਲ ਦਾ ਕੁੱਲ ਮਿਲਾ ਕੇ ਨਤੀਜਾ ਕੀ ਨਿਕਲਿਆ ਕਿ ਅਸੀਂ ਲੋਕ ਬਿਲਕੁਲ ਮਕੀ ਪ੍ਰਪੇਅਰ ਹੈ? ਵੀ ਹੈਵ ਪ੍ਰਪੇਅਰਨੈਸ ਫਾਰ ਕੈਮੀਕਲ ਡਿਜ਼ਾਸਟਰ NDRF, SDRF ਇਨ ਦਾ ਪ੍ਰੋਸੈਸ ਹੈ, ਉਹ ਵੀ ਆਪਣੀ ਕਰ ਰਹੀ ਹੈ ਤਿਆਰੀ ਐਂਡ ਐਜ਼ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡੀ ਤਿਆਰੀ ਹੈਗੀ ਹੈ ਫਾਰ ਅ ਕੈਮੀਕਲ ਡਿਜ਼ਾਸਟਰ ਐਂਡ ਅਸੀਂ ਇਨਸ਼ੋਰ ਕਰਾਂਗੇ ਵੀ ਹੋਰ ਮੌਕ ਡਰਿਲਸ ਹੁੰਦੀ ਰਹਿਣ ਤਾਂ ਕਿ ਪਬਲਿਕ ਔਰ ਸਾਰੇ ਡਿਪਾਰਟਮੈਂਟਸ ਨੂੰ ਸੈਂਸਿਟਾਈਜ਼ ਕੀਤਾ ਜਾ ਸਕੇ। ਮੈਮ, ਇਸ ਚੀਜ਼ ਨੂੰ ਲੈ ਕੇ ਇੱਦਾਂ ਦੀ ਸਿਚੁਏਸ਼ਨ ਵਿੱਚ ਤੁਸੀਂ ਕੁਝ ਕਿਸੇ ਵੀ ਡਿਪਾਰਟਮੈਂਟ ਜਾਂ ਕਿਸੇ ਵੀ ਲੋਕਾਂ ਨੂੰ ਤੁਸੀਂ ਕੋਈ ਅਪੀਲ ਕਰਨਾ ਚਾਹੋ? ਅਸੀਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਹੋਰਾਂ ਨੂੰ ਆਪਣੇ ਜਿਵੇਂ ਅਸੀਂ ਅੱਜ ਵੇਰਕਾ ਮਿਲਕ ਪਲਾਂਟ 'ਚ ਅਸੀਂ ਇਹਨਾਂ ਦਾ ਸਾਰਾ ਸਟਾਫ ਇਨਵੋਲਵ ਕੀਤਾ ਤਾਂ ਕਿ ਉਹਨਾਂ 'ਚ ਵੀ ਅਵੇਅਰਨੈਸ ਆਏ ਕਿ ਅੱਗੇ ਤੋਂ ਇਹੋ ਜਿਹਾ ਕੋਈ ਇੰਸੀਡੈਂਟ ਹੈ, ਹਾਊ ਟੂ ਹੈਂਡਲ ਇਟ। ਇੱਦਾਂ ਹੀ ਸਾਰੇ ਡਿਪਾਰਟਮੈਂਟਸ ਫਰਦਰ ਆਪਣੇ ਟ੍ਰੇਨਿੰਗਸ ਦੇਣ ਮਹਿਕਮਿਆਂ 'ਚ ਤਾਂ ਕਿ ਕੋਈ ਵੀ ਕਿੱਥੇ ਵੀ ਕੋਈ ਰੋਡ 'ਤੇ ਵੀ ਹਾਦਸਾ ਹੋ ਸਕਦਾ, ਕਿੱਥੇ ਵੀ ਹੋ ਸਕਦਾ, ਕੋਈ ਟਰੱਕਸ ਵੀ ਜਿਵੇਂ ਟੱਕਰ ਹੋ ਸਕਦੀ ਹੈ, ਸਿਲੰਡਰਸ ਜਾ ਰਹੇ ਹੈ ਤਾਂ ਕਿ ਦੇ ਸ਼ੁੱਡ ਬੀ ਅਵੇਅਰ। ਮੈਨੂੰ ਕੁਛ ਇੱਦਾਂ ਦਾ ਧਿਆਨ ਰੱਖਿਆ ਗਿਆ ਜਿਵੇਂ ਕੋਈ ਨਲੈਕੀ ਵਰਤੀ ਜਾਂਦੀ ਅੱਜ ਜਿਵੇਂ ਮੌਕ ਦੀ ਦਿੱਤੀ ਗਈ ਜਾਂ ਕੋਈ ਐਕਸ਼ਨ ਕੀਤਾ ਜਾਊਗਾ ਅਫਸਰਾਂ ਉੱਤੇ? ਕੋਈ ਐਕਸ਼ਨ ਦੀ ਲੋੜ ਨਹੀਂ ਹੈ, ਇਟ ਇਜ਼ ਅ ਲਰਨਿੰਗ ਐਕਸਰਸਾਈਜ਼। ਇਹਦੇ 'ਚ ਜੇ ਕਿਸੇ ਵੀ ਵੱਲੋਂ ਕੋਈ ਟਾਈਮ ਲੈਪਸ ਹੁੰਦਾ ਹੈ, ਇਟ ਇਜ਼ ਅ ਟ੍ਰੇਨਿੰਗ ਫੋਰ ਫਰਦਰ ਕਿ ਅੱਗੇ ਤੋਂ ਉਹਨਾਂ ਨੇ ਕੀ ਇਹ ਅਸੀਂ ਜਿਹੜੀ ਤੁਹਾਨੂੰ 3 ਦੱਸੀਆਂ, ਕੋਆਰਡੀਨੇਸ਼ਨ ਮੀਟਿੰਗ, ਟੇਬਲ ਟਾਕ ਐਂਡ ਟੂਡੇ ਮੌਕ ਡਰਿਲ,
ਦਿਸ ਇਜ਼ ਆਲਸੋ ਟੂ ਸੀ ਕਿ ਲੈਬਸ ਜੇ ਹੁੰਦਾ ਤਾਂ ਕਿਹੜੇ ਲੈਵਲ 'ਤੇ ਅਸੀਂ ਕਿਹਨੂੰ ਇੰਪਰੂਵ ਕਰਨਾ ਹੈ ਕਿ ਐਕਚੁਅਲ ਇੰਸੀਡੈਂਟ ਹੋ ਜਾਏ ਤਾਂ ਕੀ ਇੰਪਰੂਵ। ਬਿਊਰੋ ਰਿਪੋਰਟ, ਲੁਧਿਆਣਾ ਵਿਊ।